ਸਰਵ ਕਰਮਚਾਰੀ ਸੰਘ ਨੇ ਸਰਪੰਚਾਂ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਉੱਥੇ ਸਰਪੰਚ 6ਵੇਂ ਦਿਨ ਵੀ ਧਰਨੇ ਤੇ ਡਟੇ ਰਹੇ ਤੇ ਉਧਰ ਸਾਬਕਾ ਵਿਧਾਇਕ ਨੇ ਕਿਹਾ ਕਿ ਸਰਪੰਚਾਂ ਦੀਆਂ ਜਲਦੀ ਹੀ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਸਭ ਤੋਂ ਪਹਿਲੇ ਮਾਰੀ ਮੰਗ ਹੈ ਕਿ ਜੋ ਈ ਪੰਚਾਇਤ ਪ੍ਰਣਾਲੀ ਸਰਕਾਰ ਜ਼ਬਰਦਸਤੀ ਸੇ ਲਾਗੂ ਕਰਨਾ ਚਾਹ ਰਹੀ ਹੈ, ਤੋ ਸਰਕਾਰ ਔਰ ਸਰਕਾਰ ਕੇ ਆਦਮੀ ਇਹ ਬਾਤ ਕਰ ਰਹੇ ਹੈ ਕਿ ਸਾਰੇ ਸਰਪੰਚ ਇਸਕੇ ਖਿਲਾਫ਼ ਹੈ, ਜਬਕਿ ਹਮ ਈ ਪੰਚਾਇਤ ਕੇ ਖਿਲਾਫ਼ ਨਹੀਂ ਹੈ। ਹਮ ਈ ਪੰਚਾਇਤ ਪ੍ਰਣਾਲੀ ਕਾ ਜੋ ਸਰਕਾਰ ਜ਼ਬਰਦਸਤੀ ਸੇ ਏਕਦਮ ਲਾਗੂ ਕਰ ਰਹੀ ਹੈ, ਜਿਸਕੇ ਬਾਰੇ ਮੇਂ ਹਮੇ ਬਿਲਕੁਲ ਨਹੀਂ ਗਿਆਨ ਹੈ, ਨਾ ਹੀ ਪੰਚਾਇਤ ਸੈਕਟਰੀ ਕੋ ਗਿਆਨ ਹੈ। ਹਮ ਚਾਹਤੇ ਹੈ ਕਿ ਇਸ ਬਾਰੇ ਮੇਂ ਪਹਿਲੇ ਤੁਹਾਰੇ ਸੈਕਟਰੀ ਸਾਹਿਬਾਨ ਜਿਤਨੇ ਵੀ ਹੈ ਉਨਕੋ ਇਸਕੀ ਟ੍ਰੇਨਿੰਗ ਦੀ ਜਾਏ, ਉਸਕੇ ਬਾਰੇ ਮੇਂ ਸਰਪੰਚੋ ਕੋ ਪੂਰਾ ਗਿਆਨ ਦਿਆ ਜਾਏ, ਕਿਉਂਕਿ ਇਸਕੇ ਲੀਏ ਈ ਪੰਚਾਇਤ ਪ੍ਰਣਾਲੀ ਕੇ ਲੀਏ ਤੋ ਹਰ ਗਾਓ ਮੇਂ ਸਚਿਵਾਲਯ ਹੋਣਾ ਜ਼ਰੂਰੀ ਹੈ, ਹਰ ਸੈਕਟਰੀ ਕੋ ਕੰਪਿਊਟਰ ਕਾ ਲੈਪਟੋਪ ਕਾ ਗਿਆਨ ਹੋਣਾ ਜ਼ਰੂਰੀ ਹੈ, ਜੋ ਕਿ ਇਸ ਟਾਈਮ ਨਹੀਂ ਹੈ। ਤੋ ਇਹ ਹੈ ਕਿ ਹਮ ਚਾਹਤੇ ਹੈ ਕਿ ਈ ਪ੍ਰਣਾਲੀ ਬੰਦ ਨਾ ਹੋ, ਈ ਪ੍ਰਣਾਲੀ ਲਾਗੂ ਹੋ ਪਰ ਹੋ ਪ੍ਰੋਪਰ ਤਰੀਕੇ ਸੇ। ਜੋ ਅੰਦੋਲਨ ਕਾ ਸੈਕਟਰੀ ਹੋ ਅਗਰ ਪੰਚਾਇਤ ਕੇ ਸਰਪੰਚੋ ਕੋ ਜੋ ਚਲੇ ਹੈ, ਸਰ ਕਰਮਚਾਰੀ ਸੰਘ ਹਰਿਆਣਾ ਕੀ ਕੇਂਦਰ ਕਮੇਟੀ ਕੀ ਤਰਫ ਸੇ ਇਨਕੋ ਸਮਰਥਨ ਕਾ ਦੇਸ ਹੈ, ਤੋ ਹਮ ਵੋ ਸਮਰਥਨ ਦੇਣੇ ਕੇ ਲੀਏ ਆ ਜਾਏ ਹਾਂ, ਔਰ ਜਬ ਤੱਕ ਇਨਕਾ ਅੰਦੋਲਨ ਚਲੇਗਾ, ਜਹਾਂ ਇਨਕੋ ਹਮਾਰੀ ਜ਼ਰੂਰਤ ਹੋਗੀ ਹਮ ਕੰਧੇ ਸੇ ਕੰਧਾ ਮਿਲਾ ਕੇ ਇਨਕਾ ਸਾਥ ਦੇਂਗੇ, ਔਰ ਜਬ ਤੱਕ ਇਹ ਅੰਦੋਲਨ ਜੀਤ ਨਹੀਂ ਜਾਤੇ ਸਰ ਕਰਮਚਾਰੀ ਸੰਘ ਹਰਿਆਣਾ ਇਨਕੇ ਸਾਥ ਸਾਥ ਰਹੇਗਾ। ਜੋ ਸਰਕਾਰ ਕਾ ਤਾਨਾ ਸਹੀ ਰਵੱਈਆ ਵੋ ਤੋ ਆਪ ਦੇਖ ਹੀ ਰਹੇ ਹੋ, ਕਰਮਚਾਰੀਓ ਕੇ ਉੱਪਰ, ਕਿਸਾਨੋ ਕੇ ਉੱਪਰ, ਛਾਤਰੋ ਕੇ ਉੱਪਰ, ਨੌਜਵਾਨੋ ਕੇ ਉੱਪਰ, ਲੜਕੀਓ ਕੇ ਉੱਪਰ ਲਗਾਤਾਰ ਲਾਠੀਚਾਰਜ ਹੈ, ਜੋ ਵੀ ਆਪਣੀ ਮੰਗ ਉਠਾਤਾ ਉਸਕੋ ਲਾਠੀ ਕੇ ਸਾਥ ਦਬਾਇਆ ਜਾ ਰਿਹਾ। ਅਭੀ ਪਿੱਛੇ ਆਪਨੇ ਦੇਖਿਆ ਹੋਗਾ ਜੋ ਜੇ ਬੀ ਟੀ ਟੀਚਰੋ ਕੇ ਉੱਪਰ ਲਾਠੀਚਾਰਜ, ਕੰਪਿਊਟਰ ਸਿਕਸਕੋ ਕੇ ਉੱਪਰ ਲਾਠੀਚਾਰਜ, ਔਰ ਜੋ ਪਚਕੁਲਾ ਕੇ ਅੰਦਰ ਆਂਗਨਵਾੜੀ ਵਰਕਰ ਪ੍ਰਦਰਸ਼ਨ ਕਰਨੇ ਕੇ ਲੀਏ ਗਈ, ਵਹਾਂ ਵੀ ਲਾਠੀਚਾਰਜ, ਯਾਨੀ ਬੇਟੀ ਬਚਾਓ ਬੇਟੀ ਪੜਾਓ ਕਾ ਨਾਰਾ ਬਿਲਕੁਲ ਫੈਲ ਹੈ ਇਨਕਾ। ਉਹ ਜਿਨਕਾ ਲਗਭਗ ਇਸ ਸ਼ਾਸਨ ਕੇ ਦੌਰਾਨ ਜਿਤਨੇ ਲਾਠੀਚਾਰਜ ਹੋਏ ਆ, ਉਹ ਮੇਰੇ ਹਿਸਾਬ ਸੇ ਅਗਰ ਪਿਛਲੇ 30 ਸਾਲ ਕਾ ਵੀ ਇਤਿਹਾਸ ਉਠਾ ਕੇ ਦੇਖ ਲਓ, ਇਤਨਾ ਲਾਠੀਚਾਰਜ ਕਭੀ ਨਹੀਂ ਹੋਏਗਾ। ਜੋ ਇਨਕਾ ਤਾਨਾਸ਼ਾਹੀ ਰਵੱਈਆ ਬਿਲਕੁਲ ਦਰਸਾਤਾ ਕਿ ਕਿਸ ਤਰ੍ਹਾਂ ਕੀ ਸਰਕਾਰ ਆ, ਔਰ ਜੋ ਵੀ ਆਪਣੀ ਮੰਗ ਉਠਾਤਾ ਉਸਕੋ ਲੜ ਕੇ ਸਾਥ ਦਬਾਉਣੇ ਕੀ ਸਰਕਾਰ ਕੀ ਕੋਸ਼ਿਸ਼ ਰਹਿਤੀ ਹੈ। ਇਨਕੀ ਮੰਗ ਜਾਇਜ਼ ਹੈ, ਆਮ ਨਹੀਂ ਕਹਤੇ ਕਿ ਵੀ ਈ ਪ੍ਰਣਾਲੀ ਨਾ ਲਾਗੂ ਹੋ, ਲਾਗੂ ਸਰਕਾਰ ਕਰੇ, ਲੇਕਿਨ ਉਸਕੀ ਪ੍ਰੋਪਰ ਤਰੀਕੇ ਸੇ ਤਿਆਰੀ ਕਰਕੇ ਕਿ ਸਰਕਾਰ ਨੇ ਇੱਕ ਤੁਗਲਕੀ ਫਰਮਾਨ ਹਮਾਰੀ ਪੰਚਾਇਤੋਂ ਕੇ ਉੱਪਰ ਥੋਪਣੇ ਕਾ ਕਾਮ ਕੀਆ, ਪ੍ਰੋਪਰ ਤਰੀਕੇ ਸੇ ਇਸਕੀ ਕੋਈ ਤਿਆਰੀ ਨਹੀਂ ਕੀ ਗਈ ਪਹਿਲੇ। ਆਜ ਸਭੀ ਹਰਿਆਣਾ ਪ੍ਰਦੇਸ਼ ਕੇ ਜੋ ਜਨਪ੍ਰਤੀਨਿਧੀ ਹੈ, ਚੁਣੇ ਹੋਏ ਨੁਮਾਇੰਦੇ ਹੈ ਆਪਣੀ ਪੰਚਾਇਤੋਂ ਕੇ, ਆਪਣੇ ਆਪਣੇ ਗਾਓਂ ਕੇ, ਉਹ ਸਾਰੇ ਧਰਨੇ ਪੇ ਹੈ, ਉਨਕੇ ਸਾਥ ਸੈਕਟਰੀ ਵੀ ਧਰਨੇ ਪੇ ਹੈ, ਔਰ ਅਭੀ ਕਰਮਚਾਰੀ ਵੀ ਆਪਕੇ ਬੀਚ ਮੇਂ ਆਏ ਹੈ, ਇਹ ਵੀ ਆਪਣੀ ਮੰਗੋ ਕੋ ਲੇਕਰ ਆਏ ਦਿਨ ਪ੍ਰਦਰਸ਼ਨ ਕਰ ਰਹੇ ਹੈ।